ਇੱਥੇ ਦੇਖੋ ਏਅਰਪੋਰਟ ਤੇ ਆਵੇਗਾ ਮੁੰਡਾ ਆਵੇਗਾ ਕੁੜੀ ਆਵੇਗੀ ਉਹ ਫੁੱਲ ਹੱਥ ਚ ਲਿਜਾ ਕੇ ਉਹਨੂੰ ਫੜਾਉਣਗੇ ਫਿਰ ਜੱਫੀ ਪਾ ਲੈਣਗੀਆਂ ਫਿਰ ਇੱਕ ਕੈਮਰੇ ਵਾਲਾ ਹੁੰਦਾ ਨਾਲ ਵੀ ਤੂੰ ਕੈਮਰਾ ਫੜ ਲਾ ਫਿਰ ਕਈ ਪੈਰੀਆਂ ਹੱਥ ਲਾਉਂਦੀਆਂ ਨੇ ਇਹ ਸਾਰੀਆਂ ਫੱਫੇ ਕੁੱਟਣੀਆਂ ਇਹ ਡਰਾਮੇਬਾਜ਼ ਔਰਤਾਂ ਦੇ ਨਖਰੇ ਨੇ ਡਰਾਮੇਬਾਜ਼ ਹੈ ਇੱਜ਼ਤ ਜਿਹੜੀ ਆ ਉਹ ਤੁਹਾਡੇ ਅੰਦਰ ਹੈ ਜਦੋਂ ਤੁਸੀਂ ਇੱਜ਼ਤ ਕਰਨੀ ਉਹਦੀ ਵੀਡੀਓ ਨਹੀਂ ਬਣਾਉਂਦੇ ਫਿਰ ਲੋਕ ਇਹ ਜਦੋਂ ਵੀਡੀਓ ਬਣਾਉਣੀ ਇਹ ਇੱਕ ਡਰਾਮੇ ਕਰਦੇ ਨੇ ਹੋਰ ਕੁਛ ਨਹੀਂ ਹੈ ਤੇ ਮੁੜ ਕੇ ਮਹੀਨੇ ਕੁ ਬਾਅਦ ਇਹਨਾਂ ਦੀ ਮੈਨੂੰ ਕਾਲ ਆ ਜਾਂਦੀ ਹੈ ਬਾਈ ਜੀ ਅਸੀਂ ਤੁਹਾਡੇ ਰੇਡੀਓ ਤੇ ਆਉਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਨਾਲ ਛੱਡ ਗਈ ਫਲਾਣੇ ਬੰਦੇ ਨਾਲ ਚੱਕਰ ਸੀ ਫਲਾਣਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਕੀ ਕਹਿ ਰਹੇ ਆਪਣੇ ਪੱਡਾ ਸਾਹਿਬ ਤੁਸੀਂ ਸੁਣੀ ਲਿਆ ਸਾਰਿਆਂ ਨੇ ਕਿ ਏਅਰਪੋਰਟ ਤੇ ਜਿਹੜਾ ਪਖੰਡ ਕਰਦੇ ਆ ਇਹਨਾਂ ਨੂੰ ਫੱਫੇ ਕੁੱਟਣੀਆਂ ਫਲਾਣਾ ਟਮਕਾਣਾ ਤੇ ਗੱਲ ਇੱਦਾਂ ਵੀ ਪੱਡਾ ਸਾਹਿਬ ਤੁਸੀਂ ਗਏ ਹੋ ਕੌਡੀਆਂ ਦੇ ਪਾ ਵੀ ਜਿਵੇਂ ਪੁਰਾਣੇ ਕਹਿੰਦੇ ਨਹੀਂ ਹੁੰਦੇ ਸੀਗੇ ਵੀ ਇਹ ਤੇ ਛੋਲੇ ਦੇ ਕੇ ਪਾਸ ਹੋ ਗਿਆ ਤੁਸੀਂ ਕੈਨੇਡਾ ਗਏ ਹੋ ਛੋਲੇ ਦੇ ਕੇ ਭਲੇ ਜ਼ਮਾਨਿਆਂ ਦੇ ਤੇ ਜਿਹੜੇ ਅੱਜ ਕੱਲ੍ਹ ਵਾਲੇ ਜਵਾਕ ਆ 28-28 30-30 ਲੱਖ ਰੁਪਇਆ ਲਾ ਕੇ ਤੇ ਫੇਰ ਬਾਹਰ ਜਾਂਦੇ ਆ ਠੀਕ ਹੈ ਨਾ ਤੇ ਜੇ ਅਗਲੇ ਫੁੱਲ ਜੇ ਕੋਈ ਅਗਲਾ ਫੁੱਲ ਫੜਾਉਂਦਾ ਜਾਂ ਪੈਰੀਂ ਹੱਥ ਲਾਉਂਦਾ ਜਾਂ ਪੈਰੀਂ ਹੱਥ ਲਾਉਂਦੀ ਜਾਂ ਕੋਈ ਫੁੱਲ ਫੜਾਉਂਦਾ ਤੁਹਾਡੇ ਕਿਉਂ ਮੱਖ ਲੜਦੀ ਆ ਅਗਲਿਆਂ ਦਾ ਪਰਸਨਲ ਮੈਟਰ ਆ ਇਹ ਵੀ ਅਗਲੇ ਨਜ਼ਾਰੇ ਲੈਂਦੇ ਆ ਤੁਸੀਂ ਵੀ ਨਜ਼ਾਰੇ ਲਵੋ ਚਿੱਲ ਕਰੋ ਦਰਅਸਲ 'ਚ ਗੱਲ ਹੋਰ ਕੋਈ ਨਹੀਂ ਗੀ ਤੁਸੀਂ ਪੁਰਾਣੇ ਗਏ ਹੋਏ ਜੇ ਤੇ ਉਦੋਂ ਬੜਾ ਲਕੋਹ ਹੁੰਦਾ ਸੀਗਾ ਵੀ ਕੈਨੇਡਾ ਤਾਂ ਐਂ ਆ ਤੇ ਓਂ ਆ ਤੇ ਹੁਣ ਦਰਅਸਲ ਦੇ ਵਿੱਚ ਹਰ ਕੋਈ ਕੈਨੇਡਾ ਨੂੰ ਜਾਣ ਡਿਆ ਵਾ ਵੀ ਕਿਉਂਕਿ ਆਈਲੈਟਸ ਨੇ ਕੰਮ ਹੀ ਇੰਨਾ ਸੌਖਾ ਕਰਤਾ ਵਾ ਵੀ ਜਿਹੜਾ ਮਰਜ਼ੀ ਕੈਨੇਡਾ ਜਾ ਸਕਦਾ ਵਾ ਤੇ ਐਂ ਹੀ ਜਨਤਾ ਕੈਨੇਡਾ ਪਹੁੰਚਣ ਡਈ ਆ ਜਿਹੜੇ ਹੁਣ ਪੁਰਾਣੇ ਬੈਠੇ ਆ ਇਹਨਾਂ ਨੂੰ ਦੁੱਖ ਲੱਗਦਾ ਵੀ ਸਾਰੇ ਇੱਥੇ ਆਈ ਜਾਣ ਡਏ ਆ ਮੇਨ ਰੌਲਾ ਇਹ ਆ ਜਿਨ੍ਹਾਂ ਨੂੰ ਤੁਸੀਂ ਫੱਫੇ ਕੁੱਟਣੀਆਂ ਦੱਸਦੇ ਜੇ ਕੋਈ ਹੌਲੇ ਘਰੋਂ ਆ ਕੋਈ ਕਿਵੇਂ ਆ ਵੀ ਅਗਲੇ ਪਤਾ ਨਹੀਂ ਕਿਵੇਂ ਹੀ ਆਪਦਾ ਕਿੱਲਾ ਵੇਚ ਕੇ ਜਾਂ ਕਿਵੇਂ ਬਾਹਰ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਫੱਫੇ ਕੁੱਟਣੀਆਂ ਦੱਸਣ ਡਏ ਜੇ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਪੱਡਾ ਸਾਹਿਬ ਠੀਕ ਹੈ ਨਾ ਨਾਲੇ ਹਰ ਇੱਕ ਗੱਲ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਨਹੀਂ ਹੁੰਦਾ ਕਿਸੇ ਮਾਮਲੇ 'ਤੇ ਚੁੱਪ ਵੀ ਰਹਿ ਜਾਈਦਾ ਹੁੰਦਾ ਵਾ